ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਵੱਲੋਂ ਤੇ ਜਗਮੀਤ ਸਿੰਘ ਐਨਡੀਪੀ ਦੇ ਵੱਲੋਂ ਇਹਨਾਂ ਦੋਵਾਂ ਦੇ ਦਰਮਿਆਨ ਸਮਝੌਤਾ ਹੋਇਆ ਹੈ ਇਹ ਕੋਈ ਦੋ ਪਾਰਟੀਆਂ ਦਾ ਗੱਠ ਜੋੜ ਨਹੀਂ ਹੈ ਕਿ ਦੋਵੇਂ ਮਿਲ ਕੇ ਸਰਕਾਰ ਚਲਾਉਣਗੇ ਬਸ ਸਮਝੌਤਾ ਹੈ ਤਾਂ ਕਿ ਲਿਬਰਲ ਪਾਰਟੀ ਦੇ ਹੱਥ ਸੱਤਾ ਕੁਝ ਇਸੇ ਤਰ੍ਹਾਂ ਬਣੀ ਰਹੇ ਸਾਲ 2025 ਤੱਕ ਦੁਬਾਰਾ ਤੋਂ ਚੋਣਾਂ ਕਰਵਾਉਣ ਦੀ ਨੌਬਤ ਨਾ ਆਵੇ ਇਸੇ ਨੂੰ ਸਥਾਈ ਬਣਾਉਣ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸਮਝੌਤਾ ਕੀਤਾ ਹੈ ਜਿਸ ਦੇ ਵਿੱਚ ਕਈ ਸ਼ਰਤਾਂ ਨੇ ਜੋ ਕਿ ਜਗਮੀਤ ਸਿੰਘ ਦੇ ਵੱਲੋਂ ਵੀ ਰੱਖੀਆਂ ਗਈਆਂ ਜਿਨ੍ਹਾਂ ਨੂੰ ਮੰਨਿਆ ਜਾਵੇਗਾ ਜਿਸ ਆਧਾਰ ਦੇ ਉੱਤੇ ਇਹ ਸਮਝੌਤਾ ਹੋਇਆ ਕਿ ਸਾਲ 2025 ਤੱਕ ਜੂਨ ਮਹੀਨੇ ਤੱਕ ਐਨਡੀਪੀ ਦੇ ਵੱਲੋਂ ਸਮਰਥਨ ਦਿੱਤਾ ਜਾਵੇਗਾ ਲਿਬਰਲ ਪਾਰਟੀ ਨੂੰ ਤਾਂ ਕਿ ਸਰਕਾਰ ਨਾ ਟੁੱਟੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਿੰਦੇ ਹਾਂ ਤੁਸੀਂ ਕਿ ਰਿਪੋਰਟਸ ਦੇਖ ਸਕਦੇ ਹੋ ਕਿ ਕਿਹੜੀਆਂ ਇਹ ਸ਼ਰਤਾਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਸਮਝੌਤਾ ਹੋਇਆ ਜੋ ਇਹ ਸਮਝੌਤਾ ਹੋਇਆ ਉਸ ਤੇ ਵਿੱਚ ਮੁੱਖ ਗੱਲਾਂ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ ਪਹਿਲਾ ਹੈ ਕਿ ਡੈਂਟਲ ਕੇਅਰ ਪ੍ਰੋਗਰਾਮ ਲਾਂਚ ਕੀਤਾ ਜਾਵੇਗਾ ਘੱਟ ਕਮਾਈ ਕਰਨ ਵਾਲੇ ਕੈਨੇਡਾ ਵਾਸੀਆਂ ਦੇ ਲਈ ਜਿਸ ਦੀ ਸ਼ੁਰੂਆਤ 2022 ਦੇ ਵਿੱਚ ਹੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਹੋਵੇਗੀ ਜਿਸ ਦੇ ਵਿੱਚ ਸਾਲ 2023 ਤੱਕ 18 ਸਾਲ ਦੀ ਉਮਰ ਤੱਕ ਦੇ ਨੌਜਵਾਨ ਬਜ਼ੁਰਗ ਤੇ ਆਪਹਾਜਾਂ ਦੇ ਲਈ ਵਾਦਾ ਕੀਤਾ ਜਾਵੇਗਾ ਤੇ ਫਿਰ ਹੋਰਾਂ ਦੇ ਲਈ ਸਾਲ 2025 ਤੱਕ ਜਿਸ ਵਿੱਚ ਜਿਨ੍ਹਾਂ ਦੀ ਕਮਾਈ ਸਾਲਾਨਾ 70000 ਡਾਲਰ ਤੋਂ ਘੱਟ ਹੋਵੇਗੀ ਉਹਨਾਂ ਨੂੰ ਅੱਧੇ ਪੈਸੇ ਵੀ ਨਹੀਂ ਦੇੜੇ ਪੈਣਗੇ ਦੂਜਾ ਯੂਨੀਵਰਸਲ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ ਦੇ ਲਈ ਕੰਮ ਹੋਵੇਗਾ ਕਿ ਸਾਲ 2023 ਦੇ ਅੰਤ ਤੱਕ ਕੈਨੇਡਾ ਫਾਰਮਾਕੇਅਰ ਐਕਟ ਪਾਸ ਕੀਤਾ ਜਾਵੇਗਾ ਤੇ ਨੈਸ਼ਨਲ ਡਰੱਗ ਏਜੰਸੀ ਨੂੰ ਕੰਮ ਦਿੱਤਾ ਜਾਵੇਗਾ ਕਿ ਜ਼ਰੂਰੀ ਦਵਾਈਆਂ ਸਮੇਤ ਜ਼ਿਆਦਾ ਮਾਤਰਾ ਵਿੱਚ ਖਰੀਦੀ ਜਾਣ ਵਾਲੀ ਦਵਾਈ ਦੇ ਲਈ ਪਲਾਨ ਹੋਵੇ ਜੋ ਸਾਲ 2025 ਦੇ ਅੰਤ ਤੱਕ ਹੋਵੇਗਾ। ਅਗਲਾ ਹੈ ਕਿ ਅਫੋਰਡੇਬਿਲਟੀ ਤੇ ਘਰਾਂ ਦੀ ਕੀਮਤ ਦੇ ਉੱਤੇ ਕੰਮ ਹੋਵੇਗਾ ਜਿਸ ਦੇ ਵਿੱਚ ਹੋਮ ਬਾਇਰਸ ਬਿਲ ਆਫ ਰਾਈਟਸ, ਥੇਰਲੀ ਲਰਨਿੰਗ ਐਂਡ ਚਾਈਲਡ ਕੇਅਰ ਐਕਟ ਸ਼ਾਮਲ ਨੇ। ਕਲਾਈਮੇਟ ਚੇਂਜ ਦੇ ਲਈ ਪਾਲਿਸੀਆਂ ਦੇ ਉੱਤੇ ਕੰਮ ਹੋਵੇਗਾ। ਲੇਬਰ ਯੂਨੀਅਨਸ ਤੇ ਕਾਮਿਆਂ ਨੂੰ ਮਦਦ ਤੇ 10 ਦਿਨ ਦੇ ਲਈ ਪੇਡ ਸਿਕ ਲੀਵ ਦੇ ਉੱਤੇ ਛੇਤੀ ਨਾਲ ਕੰਮ ਹੋਵੇਗਾ। ਮੂਲ ਨਿਵਾਸੀ ਭਾਈਚਾਰੇ ਦੇ ਉੱਤੇ ਹੋਰ ਨਿਵੇਸ਼ ਕੀਤਾ ਜਾਵੇਗਾ ਜਿਸ ਦੇ ਵਿੱਚ ਰੈ residențial ਸਕੂਲਾਂ ਦੇ ਸਰਵਾਈਵਰ ਨੇ ਜੋ ਉਹਨਾਂ ਦੇ ਉੱਤੇ ਵੀ ਨਿਵੇਸ਼ ਹੋਵੇਗਾ ਟੈਕਸ ਸਿਸਟਮ ਵਿੱਚ ਨਿਰਪੱਖਤਾ ਦੇ ਉੱਤੇ ਹੋਰ ਕੰਮ ਹੋਵੇਗਾ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੋ ਵੱਡੇ ਬੈਂਕਾਂ ਨੇ ਮਹਾਮਾਰੀ ਦੌਰਾਨ ਕਾਫੀ ਲਾਭ ਕਮਾਇਆ ਉਸਤੇ ਬਾਰੇ ਵੋਟਾਂ ਪਾਉਣ ਦੇ ਸਿਸਟਮ ਦੇ ਵਿੱਚ ਬਦਲਾਅ ਤੇ ਇਸ ਨੂੰ ਹੋਰ ਵਧੀਆ ਕਰਨ ਦੇ ਉੱਤੇ ਕੰਮ ਹੋਵੇਗਾ ਜਿਵੇਂ ਵੋਟਾਂ ਪਾਉਣ ਦੇ ਲਈ 3 ਦਿਨ ਦਾ ਸਮਾਂ ਦਿੱਤਾ ਜਾਵੇਗਾ ਤੇ ਮੇਲ ਇਨ ਬੈਲਟ ਨੂੰ ਹੋਰ ਵਧੀਆ ਕੀਤਾ ਜਾਵੇਗਾ ਇੱਕ ਪਾਸੇ ਤਾਂ ਜਗਮੀਤ ਸਿੰਘ ਦੇ ਵੱਲੋਂ ਇਸ ਮੌਕੇ ਇੱਕ ਬਿਆਨ ਦਿੱਤਾ ਗਿਆ ਕਿ ਸੱਤਾ ਵਿੱਚ ਰਹਿਣ ਦੇ ਵਾਸਤੇ ਉਹਨਾਂ ਦੀ ਲੋੜ ਹੈ ਜਿਸ ਕਰਕੇ ਲਿਬਰਲਸ ਨੇ ਸਮਝੌਤਾ ਕੀਤਾ ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਗੱਲਾਂ ਹੋਣਗੀਆਂ ਜਿਸ ਦੇ ਉੱਤੇ ਹੋ ਸਕਦਾ ਹੈ ਦੋਵੇਂ ਪਾਰਟੀਆਂ ਸਹਿਮਤ ਨਾ ਵੀ ਹੋਣ ਤਾਂ ਇਸ ਬਾਰੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜਿੱਥੇ ਇੱਕ ਪਾਸੇ ਬਿਆਨ ਦਿੱਤਾ ਤਾਂ ਇਸ ਸਮਝੌਤੇ ਤੋਂ ਤੁਰੰਤ ਬਾਅਦ ਉਹ ਰਵਾਨਾ ਹੋ ਗਏ ਬੈਲਜੀਅਮ ਦੇ ਵਾਸਤੇ